ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ 'ਤੇ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿਸਾਨ ਵੀਰੋ ਕਿ ਝੋਨੇ ਦੀਆਂ ਸਖਾਵਾਂ ਨਾਲ ਝਾੜ 'ਤੇ ਕਿੰਨਾ ਕੁ ਅਸਰ ਪੈਂਦਾ ਵੱਧ ਜਾਂ ਘੱਟ ਨਾਲ, ਅਤੇ ਮੁੰਜਰਾਂ ਦੇ ਵਿੱਚ ਦਾਣਿਆਂ ਦੀ ਗੱਲਬਾਤ ਕਰਾਂਗੇ, ਅਤੇ ਇੱਕ ਹੋਰ ਕਿਸਾਨਾਂ ਦੇ ਨਾਲ ਜਿਹੜੀ ਠੱਗੀ ਲੱਗਦੀ ਹੈ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਜਿਹੜੇ ਵੀਰ ਨਵੇਂ ਚੈਨਲ 'ਤੇ ਆਏ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦਾ ਬੈੱਲ ਆਈਕੋਨ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅਤੇ ਦੂਸਰਾ ਕਿਸਾਨ ਵੀਰੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ, ਕਿਉਂਕਿ ਵੀਡੀਓ ਦੇਖੀ ਜਾਂਦੀ ਹੈ, ਸ਼ੇਅਰ ਬਹੁਤ ਘੱਟ ਕਰੀ ਜਾਂਦੀ ਹੈ। ਅਤੇ ਨਾਲ ਦੀ ਨਾਲ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਇੱਕ ਲਾਇਕ ਜਾਂਦੇ ਜਾਂਦੇ ਜ਼ਰੂਰ ਦੇ ਦਿਆ ਕਰੋ, ਉਹਦੇ ਨਾਲ ਸਾਡਾ ਜਿਹੜਾ ਅਗਲੀ ਵੀਡੀਓ ਪਾਉਣ ਦਾ ਹੌਂਸਲਾ ਗਾ ਉਹ ਵੱਧਦਾ। ਸੋ ਗੱਲ ਸ਼ੁਰੂ ਕਰਦੇ ਹਾਂ ਕਿਸਾਨ ਵੀਰੋ, ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਕਿਸਾਨ ਦੇ ਦਿਮਾਗ ਦੇ ਵਿੱਚ ਇਹ ਚੀਜ਼ ਚੱਲ ਰਹੀ ਹੁੰਦੀ ਹੈ ਕਿ ਯਾਰ ਇੰਨੀਆਂ ਕੁ ਸਖਾਵਾਂ ਨੇ, ਇੰਨਾ ਕੁ ਝਾੜ ਆ ਸਕਦਾ ਸ਼ਾਇਦ। ਤਾਂ ਉਸ ਵਿਸ਼ੇ 'ਤੇ ਜੇਕਰ ਆਪਾਂ ਗੱਲਬਾਤ ਕਰੀਏ ਕਿਸਾਨ ਵੀਰੋ, ਇਹਦੇ ਕਈ ਕਾਰਨ ਹੁੰਦੇ ਆ। ਇਕੱਲੀਆਂ ਸਖਾਵਾਂ ਦੇ ਨਾਲ ਝਾੜ ਜਾਂ ਮੁੰਜਰਾ ਲੰਬੀ ਹੋਣ ਦੇ ਨਾਲ ਝਾੜ ਨਹੀਂ ਆਉਂਦਾ, ਇਹ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਆਪਣਾ ਝਾੜ ਆ ਉਹ ਵਧਾਉਂਦੀਆਂ ਨੇ। ਇੱਕ ਤਾਂ ਕਿਸਾਨ ਵੀਰੋ ਕਈ ਵਾਰੀ ਕੀ ਹੁੰਦਾ ਨਾ, ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹੁਣ ਹਵਾ ਚੱਲ ਰਹੀ ਆ, ਇਹਦੇ ਨਾਲ ਇਕੱਲੀ ਸਖਾਵਾਂ ਲੰਮੀਆਂ ਹੋਣ ਦਾ ਵੀ ਆਪਾਂ ਨੂੰ ਬੈਨੀਫਿਟ ਨਹੀਂ ਮਿਲਣਾ, ਕਈ ਵਾਰੀ ਵਿੱਚੋਂ ਦਾਣੇ ਫੋਕੇ ਰਹਿ ਜਾਂਦੇ। ਇੱਕ ਤਾਂ ਇਹ ਗੱਲ ਮੇਨ ਹੋ ਗਈ, ਅਤੇ ਦੂਸਰਾ ਨੰਬਰ ਪਰਪਰਾਗਣ ਸਮੇਂ ਆਪਾਂ ਨੇ ਕਿ ਕਿੰਨਾ ਕੁ ਮੌਸਮ ਅਨੁਕੂਲ ਸੀਗਾ, ਜਦੋਂ ਪਰਪਰਾਗਣ ਹੋ ਰਿਹਾ ਸੀਗਾ ਉਸ ਟਾਈਮ 'ਤੇ ਆਪਣਾ ਮੌਸਮ ਕਿਹੋ ਜਿਹਾ ਸੀ। ਅਤੇ ਇਕੱਲੀਆਂ ਸਖਾਵਾਂ ਥੱਲੇ ਜੇਕਰ ਆਪਾਂ ਗਿਣੀ ਜਾਵਾਂਗੇ, ਉੱਪਰ ਦਾਣੇ ਸਹੀ ਢੰਗ ਨਾਲ ਨਹੀਂ ਹੋਣਗੇ ਪ੍ਰੋਪਰ, ਤਾਂ ਵੀ ਠੀਕ ਨਹੀਂ ਹੋਣਾ। ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦਾਣਿਆਂ ਬਾਰੇ ਗੱਲਬਾਤ ਕਰਦੇ ਹਾਂ ਪਹਿਲਾਂ, ਤਾਂ ਫਿਰ ਉਸ ਤੋਂ ਬਾਅਦ ਹੋਰ ਗੱਲਬਾਤ ਕਰਾਂਗੇ ਸਖਾਵਾਂ ਵਧਣੀਆਂ ਜਾਂ ਘਟਣੀਆਂ ਉਹਦਾ ਕੀ ਕਾਰਨ ਹੁੰਦਾ। ਜਿਵੇਂ ਕਿ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਸਾਨ ਵੀਰੋ, ਇਹ ਆਪਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਤੁਹਾਨੂੰ ਤਿੰਨ ਮੁੰਜਰਾਂ ਦਿਖਾਉਣ ਦੀ, ਵੱਖੋ ਵੱਖਰੇ ਬੀਜਾਂ ਦੀਆਂ, ਜਿਹੜੀ ਕਿ ਇੱਕ PR 128 ਵਰਾਇਟੀ ਆ, ਇੱਕ ਹੋਰ ਪ੍ਰਾਈਵੇਟ ਵਰਾਇਟੀ ਆ, ਅਤੇ ਨਾਲ ਇੱਕ ਹੋਰ ਪ੍ਰਾਈਵੇਟ ਵਰਾਇਟੀ ਦਾ ਬੀਜ ਆ, ਜਿਹੜਾ ਕਿ ਆਪਾਂ ਇਹ ਜਿਹੜੀ ਤੁਸੀਂ ਮੁੰਜਰ ਦੇਖ ਰਹੇ ਹੋ ਇਹ PR 128 ਦੀ ਮੁੰਜਰ ਆ, ਇਹ ਪ੍ਰਾਈਵੇਟ ਪਰਮਲ ਝੋਨੇ ਦੀ ਆ, ਅਤੇ ਇੱਕ ਇਸ ਤੋਂ ਉੱਪਰ ਵਾਲੀ ਮੁੰਜਰ ਆ। ਇਹਨਾਂ ਮੁੰਜਰਾਂ ਦਾ ਆਪਸ ਮੇਂ ਲੰਬਾਈ ਦਾ ਅਤੇ ਹੋਰ ਬਹੁਤ ਸਾਰੇ ਫਰਕ ਨੇ, ਪਰ ਚਲੋ ਅਸਲ ਦੇ ਵਿੱਚ ਜਿਹੜੀ ਠੱਗੀ ਦੀ ਗੱਲ ਕੀਤੀ ਸੀ ਉਹ ਵੀ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀਡੀਓ 'ਤੇ ਇਸ ਤੋਂ ਬਾਅਦ। ਇਹ ਮੁੰਜਰ ਤੁਸੀਂ ਬਹੁਤ ਲੰਬੀ ਮੁੰਜਰ ਦੇਖ ਰਹੇ ਹੋ, ਪਰ ਹੁੰਦਾ ਕੀ ਹੈ ਕਿਸਾਨ ਵੀਰੋ, ਜਿਹੜੀ ਝਾੜ 'ਤੇ ਆਪਾਂ ਦਾਣਿਆਂ ਤੋਂ ਸ਼ੁਰੂ ਕਰੀਏ ਸਖਾਵਾਂ 'ਤੇ ਉਸ ਤੋਂ ਬਾਅਦ ਆਉਣੇ ਆ, ਝਾੜ ਦੀ ਗੱਲ ਕੀ ਹੁੰਦੀ ਹੈ ਕਿਸਾਨ ਵੀਰੋ, ਸਖਾਵਾਂ ਵਧਾਉਣੀਆਂ ਘਟਾਉਣੀਆਂ ਉਹ ਮੈਨੇਜਮੈਂਟ ਹੁੰਦਾ ਆਪਣਾ, ਬਹੁਤ ਕੁਛ ਆਉਂਦਾ ਗਾ ਇਸ ਚੀਜ਼ ਦੇ ਵਿੱਚ। ਹੁਣ ਤੁਸੀਂ ਇਹ ਮੁੰਜਰ ਦੇਖ ਸਕਦੇ ਹੋ, ਜਿਹੜੇ ਇਹਦੇ ਦਾਣੇ ਨੇ ਕਿਸਾਨ ਵੀਰੋ, ਇੱਕ ਦਾਣਾ ਖਤਮ ਹੁੰਦਾ ਦੂਸਰਾ ਦਾਣਾ ਸ਼ੁਰੂ ਹੋ ਜਾਂਦਾ, ਇੱਕ ਦਾਣਾ ਖਤਮ ਹੁੰਦਾ ਫਿਰ ਦੂਸਰਾ ਸ਼ੁਰੂ ਹੁੰਦਾ, ਮਤਲਬ ਕਿ ਪਹਿਲੇ ਦਾਣੇ ਦਾ ਐਂਡ ਹੁੰਦਾ ਦੂਸਰਾ ਉਸ ਤੋਂ ਬਾਅਦ ਸ਼ੁਰੂ ਹੁੰਦਾ, ਤਾਂ ਮੁੰਜਰ ਦੀ ਜਿਹੜੀ ਲੰਬਾਈ ਆ ਉਹ ਵਧਣੀ ਤੈਅ ਆ। ਬਹੁਤ ਸਾਰੇ ਬੀਜਾਂ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ। ਹੁਣ ਤੁਸੀਂ ਇਸ ਮੁੰਜਰ ਨੂੰ ਦੇਖ ਸਕਦੇ ਹੋ, ਆਪਾਂ ਕਿਸੇ ਵੀ ਬੀਜ ਦੀ ਪ੍ਰਮੋਸ਼ਨ ਨਹੀਂ ਕਰ ਰਹੇ ਕਿਸਾਨ ਵੀਰੋ, ਤੁਸੀਂ ਆਪਣੇ ਖੇਤ ਦੇ ਵਿੱਚ ਇਹ ਚੀਜ਼ਾਂ ਨੋਟ ਕਰਿਓ। ਜਿਵੇਂ ਕਿ ਇਸ ਮੁੰਜਰ ਦੇ ਵਿੱਚ ਤੁਸੀਂ ਦਾਣਾ ਦੇਖਿਆ, ਹੋ ਸਕਦਾ ਵੀਡੀਓ ਦੇ ਨਾਲ ਜੋ ਗੱਲਾਂ ਕਰਾਂਗੇ ਉਹ ਮੈਚ ਨਾ ਕਰਨ, ਤੁਸੀਂ ਆਪਣੇ ਦਿਮਾਗ ਦੇ ਹਿਸਾਬ ਦੇ ਨਾਲ ਵੀ ਦੇਖ ਸਕਦੇ ਹੋ। ਹੁਣ ਇਸ ਮੁੰਜਰ ਦੇ ਵਿੱਚ ਦੇਖੋਗੇ ਥੱਲੇ ਵਾਲੀ ਦੇ, ਤਾਂ ਇਹਨਾਂ ਦਾ ਪਹਿਲਾ ਦਾਣਾ ਖਤਮ ਹੋਣ ਤੋਂ ਜਸਟ ਪਹਿਲਾਂ ਦੂਸਰਾ ਦਾਣਾ ਸ਼ੁਰੂ ਹੋ ਜਾਂਦਾ, ਅਤੇ ਜਿਹੜੀ ਵਿਚਾਲੇ ਵਾਲੀ ਮੁੰਜਰ ਦਿਖਾਈ ਸੀ ਉਹ ਦਾਣੇ ਦੇ ਲਗਭਗ ਅੱਧ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ, ਕੁਛ ਕੁ MM ਦਾ ਫਰਕ ਹੁੰਦਾ ਕਿਸਾਨ ਵੀਰੋ, ਬਾਹਲਾ ਜ਼ਿਆਦਾ ਵੱਡਾ ਫਰਕ ਨਹੀਂ ਇਹਦੇ ਵਿੱਚ ਪੈ ਸਕਦਾ, ਉਹ ਦਾਣਾ ਸ਼ੁਰੂ ਹੋ ਜਾਂਦਾ। ਤਾਂ ਇਹਦੇ ਨਾਲ ਵੀ ਦਾਣਿਆਂ ਦੀ ਇਕੱਲੀ ਲੰਬਾਈ ਆ ਜਿਹੜੀ ਮੁੰਜਰ ਦੀ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਉਸ ਤੋਂ ਬਾਅਦ ਦਾਣੇ ਕਿੰਨੇ ਕੁ ਫਿੱਟ ਨੇ ਆਪਸ ਮੇਂ, ਜੇਕਰ ਦਾਣੇ ਜਲਦੀ ਜਲਦੀ ਦਾਣੇ ਕਹਿਣ ਦਾ ਭਾਵ ਨੇੜੇ ਨੇੜੇ ਦਾਣੇ ਲੱਗਣੇ ਸ਼ੁਰੂ ਹੋਏ ਨੇ ਤਾਂ ਮੁੰਜਰ ਭਾਵੇਂ ਛੋਟੀ ਹੋਵੇ, ਬਹੁਤ ਸਾਰੇ ਬੀਜਾਂ ਦੀਆਂ ਤੁਸੀਂ ਨੋਟ ਕਰਿਓ ਕਿ ਮੁੰਜਰਾਂ ਛੋਟੀਆਂ ਹੁੰਦੀਆਂ ਨੇ, ਪਰ ਜਿਹੜਾ ਉਹਨਾਂ ਦੇ ਦਾਣਿਆਂ ਦਾ ਗ੍ਰੇਨ ਵੇਟ ਆ ਜਿਹੜਾ ਉਹ ਜ਼ਿਆਦਾ ਹੁੰਦਾ, ਤਾਂ ਤੁਸੀਂ ਉਹਨੂੰ ਉੱਪਰਲੀ ਮੁੰਜਰ ਆ ਜਿਹੜੀ ਉਹ ਦੇਖ ਸਕਦੇ ਹੋ ਲੰਮੀ ਬੜੀ ਆ। ਪਰ ਜੇਕਰ ਦਾਣਿਆਂ ਦੀ ਗਿਣਤੀ ਦੀ ਗੱਲ ਕਰੋਗੇ ਕਿਸਾਨ ਵੀਰੋ, ਉਹ ਵੀ ਤੁਹਾਨੂੰ ਘੱਟ ਦਿਖੂਗੀ। ਅਤੇ ਦੂਸਰਾ ਨੰਬਰ, ਜਿਹੜੀਆਂ ਕਈ ਵਰਾਇਟੀਆਂ ਦਾ ਕੀ ਹੁੰਦਾ ਨਾ ਕਿਸਾਨ ਵੀਰੋ, ਇਸ ਤਰੀਕੇ ਦਾ ਹੁੰਦਾ ਗਾ ਸਿਸਟਮ। ਹੁਣ ਤੁਸੀਂ ਦੇਖੋ ਕਿ ਆਪਾਂ ਮੁੰਜਰ ਇਸ ਜਗ੍ਹਾ ਤੋਂ ਸਾਰਿਆਂ ਦੀਆਂ ਮੁੰਜਰਾਂ ਦੀਆਂ ਜਿਹੜੀਆਂ ਇਹ ਪਾਸਿਆਂ 'ਤੇ ਸਖਾਵਾਂ ਫੈਲਦੀਆਂ ਨੇ, ਦਾਣੇ ਵਾਲੀਆਂ ਟਾਂਗਾਂ ਜੀਆਂ ਹੁੰਦੀਆਂ ਨੇ ਆਪਾਂ ਕਹਿ ਦਈਏ ਉਹ ਨੇਗੀਆਂ, ਤਾਂ ਦੇਖ ਸਕਦੇ ਹੋ ਤੁਸੀਂ ਮੁੰਜਰ ਉਹ ਵੱਡੀ ਆ ਉੱਪਰਲੀ, ਪਰ ਦਾਣੇ ਨੇ ਜਿਹੜੇ ਉਹ ਥੱਲੇ ਵਾਲੀਆਂ ਮੁੰਜਰਾਂ ਦੇ ਵਿੱਚ ਵੱਧ ਨੇ, ਖਾਸ ਕਰਕੇ ਜਿਹੜੀ ਸੈਂਟਰ 'ਚ ਪਈ ਆ।
ਭਾਵੇਂ ਕਿ ਸੈਂਟਰ ਵਾਲੀ ਮੁੰਜਰ ਥੋੜ੍ਹੀ ਜਿਹੀ ਵੱਡੀ ਆ ਥੱਲੇ ਵਾਲੀ ਨਾਲੋਂ, ਪਰ ਫਿਰ ਵੀ ਉਹਦੇ ਦਾਣੇ ਨੇ ਜਿਹੜੇ ਦਾਣਿਆਂ ਦੀ ਉਹਦੀ ਫਿਟਿੰਗ ਸਹੀ ਆ ਗਈ। ਇਹ ਚੀਜ਼ਾਂ ਇੱਕ ਤਾਂ ਨੋਟ ਕਰੀਏ। ਉਦੋਂ ਅਗਲੀ ਗੱਲ ਕਿਸਾਨ ਵੀਰੋ ਆ ਗਈ ਨਾਲੀਆਂ ਦੀ, ਕਿਉਂਕਿ ਇਹ ਵੀ ਬਹੁਤ ਵੱਡੀ ਗੱਲ ਆ ਕਿ ਕਿੰਨੀਆਂ ਕੁ ਸਖਾਵਾਂ ਨੇ। ਸੋ ਇਹ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਕਿਸਾਨ ਵੀਰੋ, ਬੀਜ ਦਾ ਕਰੈਕਟਰ ਕਿਹੋ ਜਿਹਾ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਘੱਟ ਸਖਾਵਾਂ ਹੋਣ ਦੇ ਬਾਵਜੂਦ ਵੀ PR 126 ਆ ਜਿਹੜੀ ਉਹ ਹਰਮਨ ਪਿਆਰੀ ਹੋਈ ਹੈਗੀ ਕਿਸਾਨ ਵੀਰਾਂ ਦੇ ਝਾੜ ਦੇ ਕਾਰਨ ਅਤੇ ਖਰਚੇ ਦੇ ਕਾਰਨ। ਅਤੇ ਉਸ ਤੋਂ ਦੂਸਰੇ ਪਾਸੇ ਜੇਕਰ ਦੇਖੀਏ ਡੋਗਰ ਪੂਸਾ ਵਰਗੀਆਂ ਵਰਾਇਟੀਆਂ ਜਾਂ ਹੋਰ ਪੂਸਾ, ਪੀਲੀ ਪੂਸਾ ਜਾਂ ਹੋਰ ਵੀ ਬੜੇ ਵੱਡੇ ਬੂਟੇ ਵਾਲੀਆਂ ਜਿਨ੍ਹਾਂ ਦਾ ਕਿ ਕਾਫੀ ਬੂਟਾ ਬੂਝਾ ਹੁੰਦਾ ਜਿਹੜਾ ਉਹ ਕਾਫੀ ਮਾਰਿਆ ਜਾਂਦਾ, ਕਾਫੀ ਨਾਲੀਆਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਲਗਭਗ ਟੱਕਰ ਦੇਣ ਦੀ ਕੋਸ਼ਿਸ਼ ਕਰਦੀ ਹੈ PR 126। ਉਹਦੀਆਂ ਕਈ ਗੱਲਾਂ ਨੇ ਕਿਸਾਨ ਵੀਰੋ, ਜਿਹੜੀ ਆਪਾਂ ਡੋਗਰ ਪੂਸਾ ਵਗੈਰਾ ਆਪਾਂ ਲਾਉਂਦੇ ਹਾਂ ਤਾਂ ਉਹਨਾਂ ਦਾ ਕੀ ਕਾਰਨ ਹੁੰਦਾ ਕਿਸਾਨ ਵੀਰੋ, ਜਿਵੇਂ ਕਿ ਲੇਬਰ ਦੀ ਲਵਾਈ 'ਤੇ ਵੀ ਬਹੁਤ ਡਿਪੈਂਡ ਕਰਦਾ, ਅਤੇ ਨਾਲ ਦੀ ਨਾਲ ਲਵਾਈ 'ਤੇ ਇੱਕ ਹੋਰ ਵੀ ਗੱਲ ਆਪਾਂ ਇੱਥੇ ਐਡ ਆਨ ਕਰ ਦਈਏ ਕਿ ਹੁੰਦਾ ਕੀ ਹੈ ਕਿਸਾਨ ਵੀਰੋ, ਜਿਹੜੀ ਝੋਨੇ ਦੀ ਕੋਈ ਵੀ ਵਰਾਇਟੀ ਆ ਜੇਕਰ ਘੱਟ ਸਮੇਂ ਵਾਲੀ ਕਹਿੰਦਾ ਵਾ ਘੱਟ ਬੂਟਾ ਮਾਰਨ ਵਾਲੀ ਵਰਾਇਟੀ ਆਪਾਂ ਸਿੱਧੀ ਲਾਵਾਂਗੇ, ਬਿਰਲੀ ਲਾਵਾਂਗੇ, ਤਾਂ ਉਹਦਾ ਨਿਸਾਰਾ ਇਹਦਾ ਟਾਈਮ ਹਫ਼ਤੇ ਤੱਕ ਦਾ ਫਰਕ ਪੈ ਜਾਂਦਾ, ਜ਼ਿਆਦਾ ਲੇਟ ਯੂਰੀਆ ਨਾਲ ਵੀ ਇਹ ਚੀਜ਼ ਆ ਜਾਂਦੀ ਹੈ। ਅਤੇ ਉਸ ਤੋਂ ਬਾਅਦ ਗੱਲਬਾਤ ਕਰੀਏ ਕਿਸਾਨ ਵੀਰੋ ਜੇਕਰ ਸਖਾਵਾਂ ਦੀ, ਜਿਵੇਂ ਕਿ ਆਪਾਂ ਡੋਗਰ ਪੂਸਾ ਵਰਗੀਆਂ ਵਰਾਇਟੀਆਂ ਜੇਕਰ ਜ਼ਿਆਦਾ ਸੰਘਣੀਆਂ ਲਾਉਂਦੇ ਹਾਂ ਜਿਹੜੀਆਂ ਸ਼ੁਰੂ 'ਚ ਅਗੇਤੀਆਂ ਲੱਗਦੀਆਂ ਨੇ, ਜ਼ਿਆਦਾ ਸੰਘਣੀ ਲਾਈ ਹੋਈ ਪਹਿਲਾ ਨੰਬਰ ਉਸਨੂੰ ਵੇਧ ਜ਼ਿਆਦਾ ਆਉਂਦਾ, ਅਤੇ ਦੂਸਰਾ ਨੰਬਰ ਤੁਸੀਂ ਕਦੇ ਵੀ ਨੋਟ ਕਰ ਲਿਓ ਤੁਹਾਡੇ ਖੇਤਾਂ ਦੇ ਵਿੱਚ ਜ਼ਿਆਦਾ ਸੰਘਣੀ ਲਾ ਕੇ ਉਸਦੀਆਂ ਉਨੀਆਂ ਪ੍ਰੋਪਰ ਨਾਲੀਆਂ ਨਹੀਂ ਆਉਣਗੀਆਂ ਜਿੰਨੀਆਂ ਉਸਦੀ ਦੇਣ ਦੀ ਸਮਤਾ ਹੈਗੀ ਹੈ। ਇਸ ਕਰਕੇ ਜਿਹੜੀਆਂ ਨਾਲੀਆਂ ਵਧਣੀਆਂ ਜਾਂ ਘਟਣੀਆਂ, ਕਹਿਣ ਦਾ ਭਾਵ ਜਿੰਨੀ ਕੁ ਜਗ੍ਹਾ ਮਿਲਦੀ ਆ ਬੂਟਾ ਕੁਛ ਹੱਦ ਤੱਕ ਫੈਲਣ ਦੀ ਕੋਸ਼ਿਸ਼ ਕਰਦਾ, ਪਰ ਇੰਨਾ ਜ਼ਿਆਦਾ ਵੀ ਨਹੀਂ ਕਿ ਜੇਕਰ ਆਪਾਂ ਬਾਹਲੀ ਸਿੱਧੀ ਲਾ ਦਈਏ ਬਿਰਲੀ ਤਾਂ ਫਿਰ ਵੀ ਉਹ ਉੱਥੋਂ ਤੱਕ ਹੀ ਜਾਊਗਾ ਜਿੱਥੋਂ ਤੱਕ ਦੂਸਰਾ ਬੂਟਾ ਉਸਨੂੰ ਰੋਕਦਾ ਨਹੀਂ। ਇਹ ਨਹੀਂ ਹੁੰਦਾ ਕਿਸਾਨ ਵੀਰੋ, ਵਰਾਇਟੀ ਦੀ ਕੁਛ ਹੱਦ ਤੱਕ ਸਮਤਾ ਹੁੰਦੀ ਹੈ, ਪਰ ਫਿਰ ਵੀ ਆਪਾਂ ਕਈ ਵਾਰੀ ਦੇਖਿਆ ਕਿ ਆਪਾਂ PR 126 ਜਾਂ ਹੋਰ ਵਰਾਇਟੀ ਨੂੰ ਆਪਾਂ ਸੰਘਣੀ ਲਾਉਂਦੇ ਹਾਂ, ਉਹ ਜਲਦੀ ਇੰਨਾ ਬੂਟਾ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਕੋਲ ਸਮਾਂ ਵੀ ਘੱਟ ਹੁੰਦਾ। ਅਤੇ ਬਾਕੀ ਵਰਾਇਟੀਆਂ ਦੀਆਂ ਸਖਾਵਾਂ ਨੇ ਜਿਹੜੀਆਂ, ਸਖਾਵਾਂ ਡਿਪੈਂਡ ਕਰਦੀਆਂ ਨੇਗੀਆਂ ਕਿ ਆਪਾਂ ਸਖਾਵਾਂ ਤਾਂ ਹੋ ਗਈਆਂ ਕਿ ਉੱਪਰ ਤੱਕ ਇਹਨੂੰ ਖੁਰਾਕ ਲਿਜਾਣ ਖਾਤਰ ਆਪਾਂ ਨੇ ਕੀ ਕੀਤਾ। ਸੋ ਕਿਸਾਨ ਵੀਰੋ, ਇੱਕ ਵੀਡੀਓ ਦੇ ਵਿੱਚ ਇਹ ਸਾਰੀਆਂ ਗੱਲਾਂ ਕਵਰ ਨਹੀਂ ਹੋ ਸਕਦੀਆਂ। ਸੋ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਆਪਾਂ ਨੂੰ ਗਲਤ ਗਾਈਡ ਕੀਤਾ ਜਾਂਦਾ ਕਿ ਇੰਨੀਆਂ ਕੁ ਸਖਾਵਾਂ ਹੋ ਗਈਆਂ ਤਾਂ ਇੰਨੀਆਂ ਕੁ ਤੁਹਾਡੀਆਂ ਸਿਰੇ ਚੜ੍ਹਨਗੀਆਂ। ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸਾਨ ਵੀਰੋ ਕਿ ਗਲਤ ਗਾਈਡ ਕਿਸ ਤਰ੍ਹਾਂ ਆਪਾਂ ਨੂੰ ਕੀਤਾ ਜਾਂਦਾ ਹੈਗਾ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।